कोरोना महामारी के नए वेरिएंट ओमिक्रोन का खतरा लगातार पूरी दुनिया दे विच फैल रहा है, जिसके चलते भारत सरकार अते पंजाब सरकार वालों लोगों को वैक्सीन लगाउन दीआं हिदायतां दित्तीआं जा रही हैं, जिसके चलते पंजाब के वख-वख जिलों में कोविड का फ्री वैक्सीनेशन कैंप लगाया जा रहा है। अज लुधियाणा के वख-वख स्थानों पर भी कोविड का फ्री वैक्सीनेशन कैंप लगाया गया, जिस विच लुधियाणा के अमरपुरा और किदवई नगर में वैक्सीनेशन कैंप लगाया गया, जिथे बहुत से लोगों ने वैक्सीन लगवाई। इस मौके जानकारी देते हुए डॉक्टर और कैंप के प्रधान का की कुछ कहना रहा, तुसी आप ही सुन लवो। सत श्री अकाल जी, मेरा नाम डॉक्टर हिमांशु गुप्ता है, मैं सिविल हॉस्पिटल वालों आया है, उत्थे एज ए मैडिकल ऑफिसर काम करता है, तो अब साडा कैंप इतने ईसा नगर ही पुली नियर पेट्रोल पंप लग रहा है। ਸਾਡੇ ਕੋਲ ਅੱਜ ਸਿਵਲ ਹਸਪੀਟਲ ਵੱਲੋਂ 1000 ਡੋਜ਼ ਕੋਵਿਸ਼ੀਲਡ ਦੀ ਆਈ ਹੈ ਅਤੇ 200 ਡੋਜ਼ ਕੋਵੈਕਸਿਨ ਦੀ, ਅਤੇ ਹਾਲੇ ਤੱਕ ਅਸੀਂ 300 ਕੋਵਿਸ਼ੀਲਡ ਲਗਾ ਚੁੱਕੇ ਹਾਂ ਅਤੇ ਅੰਦਾਜ਼ਾ 50 ਦੇ ਕੋਲ ਅਸੀਂ ਕੋਵੈਕਸਿਨ ਲਗਾ ਚੁੱਕੇ ਹਾਂ। ਨਮਸਕਾਰ ਜੀ, ਮੇਰਾ ਨਾਮ ਡਾਕਟਰ ਮੋਹਨਦੀਪ ਕੌਰ ਹੈ ਔਰ ਮੈਂ ਸਿਵਲ ਹਸਪਤਾਲ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਹਾਂ ਬਤੌਰ ਮੈਡੀਕਲ ਅਫਸਰ, ਔਰ ਅੱਜ ਆਪਣੇ SMO ਸਾਹਿਬ ਸਰਦਾਰ ਆਪਣੇ ਡਾਕਟਰ ਚਹਿਲ ਜੀ ਦੀ ਅਗਵਾਈ ਦੇ ਵਿੱਚ ਇੱਥੇ ਵਾਰਡ ਨੰਬਰ 52 ਕਿਦਵਈ ਨਗਰ ਬਾਬਾ ਸ਼੍ਰੀ ਚੰਦ ਸਕੂਲ ਵਿਖੇ ਇਹ ਲਗਾਤਾਰ ਵਾਲਾ ਦੂਜਾ ਕੈਂਪ ਲੱਗਿਆ ਔਰ ਲਗਭਗ 300 ਦੇ ਲਗਭਗ ਟੀਕੇ ਲੱਗ ਚੁੱਕੇ ਹੈ, ਔਰ ਮੈਂ ਸਾਰੇ ਇਹਨੂੰ ਪਲੀਜ਼ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਸ ਟੀਕੇ ਤੋਂ ਬਿਲਕੁਲ ਨਾ ਡਰਨ। ਹਜੇ ਵੀ ਮੈਨੂੰ ਪਤਾ ਕਈਆਂ ਨੇ ਪਹਿਲੀ ਡੋਜ਼ ਵੀ ਨਹੀਂ ਲਗਵਾਈ, ਸਾਡੇ ਕੋਲ ਆ ਰਹੇ ਹੈ ਜੋ ਹਜੇ ਪਹਿਲੀ ਡੋਜ਼ ਵਾਲੇ ਆ ਰਹੇ ਹੈ, ਪਲੀਜ਼ ਸਾਰੇ ਲਗਵਾਓ, ਬਹੁਤ ਜ਼ਿਆਦਾ ਜ਼ਰੂਰੀ ਹੈ, ਬਿਲਕੁਲ ਡਰਨ ਦੀ। ਦੂਜਾ ਲਗਾਤਾਰ ਦੂਜਾ ਵੈਕਸੀਨੇਸ਼ਨ ਕੈਂਪ ਹੈ, ਇਹ ਕੱਲ੍ਹ ਵੀ ਲੱਗਿਆ ਸੀਗਾ, ਕੱਲ੍ਹ 300 ਡੋਜ਼ ਲੱਗੀ ਸੀ, ਅੱਜ SMO ਦੀ ਕਿਰਪਾ ਨਾਲ ਅੱਜ 400 ਡੋਜ਼ ਆਈ ਹੈ। ਇਹ ਕੈਂਪ ਆਪਣਾ ਵਾਰਡ ਨੰਬਰ 52 ਸਾਡੇ ਮਾਨਨੀਏ ਕੌਂਸਲਰ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ ਨੀਟੋ ਦੀ ਅਧਿਅਕਸ਼ਤਾ ਦੇ ਵਿੱਚ ਲੱਗ ਰਿਹਾ, ਇਹ ਕੱਲ੍ਹ ਵੀ ਲੱਗਿਆ ਸੀ ਔਰ ਅੱਜ ਵੀ ਲਗਾਤਾਰ ਲੱਗਿਆ ਹੈ। ਇਹਦੇ ਵਿੱਚ ਹੁਣ ਤੱਕ ਤਕਰੀਬਨ 270 ਟੀਕੇ ਇੰਜੈਕਸ਼ਨ ਲੱਗ ਚੁੱਕੇ ਹੈ, ਬਾਕੀ ਆਪਣੇ ਕੋਲ 400 ਡੋਜ਼ ਪਈ ਹੈ, ਉਮੀਦ ਹੈ ਵੀ ਸਾਰੇ ਅੱਜ ਲੱਗ ਜਾਏਗੀ, ਔਰ ਅਸੀਂ ਪੂਰੇ ਵਾਰਡ ਨੰਬਰ 52 ਦੇ ਜਿੰਨੇ ਵੀ ਬੰਦੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਆਪਣਾ ਵੈਕਸੀਨੇਸ਼ਨ ਜਿਹੜਾ ਹੈਗਾ ਉਹ ਪੂਰਾ ਕਰੋ, ਔਰ ਤਾਂ ਕਿ ਜਿਹੜੀ ਆਉਣ ਵਾਲੀ ਜਿਹੜੀ ਬਿਮਾਰੀ ਹੈ ਜੋ ਅੱਜ ਲਗਾਤਾਰ ਦਿਨ ਪ੍ਰਤੀ ਦਿਨ ਫੈਲ ਰਹੀ ਹੈ ਉਹ ਤੋਂ ਅਸੀਂ ਲੜ ਸਕੀਏ। ਧੰਨਵਾਦ। ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।